ਮੰਡੀ ਗੋਬਿੰਦਗੜ੍ਹ ਦੇ ਨਸਰਾਲੀ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਦੇ ਅਹੁਦੇਦਾਰਾਂ ਦਾ ਐਲਾਨ ਵਾਰਡ ਪੱਧਰ ਤੇ ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਵੱਲੋਂ ਕੀਤਾ ਗਿਆ, ਜਿਸ ਵਿਚ ਵਾਰਡ ਨੰਬਰ 1 ਤੋਂ ਲੈ ਕੇ ਵਾਰਡ ਨੰਬਰ 25 ਤੱਕ ਦੇ ਨੌਜਵਾਨਾਂ ਨੇ ਵੱਧ ਚੜ ਕੇ ਹਿੱਸਾ ਲਿਆ। ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਬਣਾਉਣ ਵਿਚ ਯੂਥ ਵੱਡਾ ਰੋਲ ਅਦਾ ਕਰਦਾ ਹੈ। ਉਨ੍ਹਾਂ ਨੌਜਵਾਨਾਂ ਨੂੰ ਨਸ਼ਾ ਤੋਂ ਦੂਰ ਰਹਿਣ ਲਈ ਕਿਹਾ ਅਤੇ ਨੌਜਵਾਨਾਂ ਦੀ ਨੌਜਵਾਨੀ ਬਰਕਰਾਰ ਰੱਖਣ ਦੇ ਲਈ ਖੇਡਾਂ ਦਾ ਸਮਾਨ ਅਤੇ ਜਿਮ ਦੇ ਸਮਾਨ ਦੀ ਵੰਡ ਕੀਤੀ। ਮੈਂ ਆਪਣੇ ਵੱਲੋਂ ਸਾਰੇ ਯੂਥ ਨੂੰ ਵਧਾਈ ਦੇਣਾ ਚਾਹੁੰਦਾ ਅਤੇ ਵਿਸ਼ਵਾਸ ਦਵਾਉਣਾ, ਜਿਸ ਤਰ੍ਹਾਂ ਪਹਿਲਾਂ ਸਰ ਸੁਖਬੀਰ ਸਿੰਘ ਬਾਲ ਜੀ ਰਾਹੀਂ ਸਰ ਬਿਕਰਮ ਮਜੀਠੀਆ ਜੀ ਦੇ ਜੋ ਯਤਨਾਂ ਸਦਕਾ ਬਹੁਤ ਵੱਡਾ ਮਾਨ ਸਰਕਾਰ ਯੂਥ ਅਕਾਲੀਆਂ ਨੂੰ ਮਿਲਿਆ ਅਤੇ ਅੱਗੇ ਵੀ ਮਿਲਦਾ ਰਹੂਗਾ। ਅਤੇ ਜਿਹੜਾ 2017 ਦਾ ਮਿਸ਼ਨ ਆ ਇਹਨੂੰ ਆਪਾਂ ਜਿੱਤ ਕੇ ਸਰ ਸੁਖਬੀਰ ਸਿੰਘ ਬਾਲ ਝੋਲੀ ਪਾਈਏ ਅਤੇ ਅੱਜ ਪੰਜਾਬ ਦੇ ਲੋਕ ਉਤਾਵਲੇ ਨੇ ਕਿ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਸਰਕਾਰ ਬਣੇ। ਸੋ ਮੈਂ ਇਹਨਾਂ ਸਾਰੇ ਨੌਜਵਾਨਾਂ ਨੂੰ ਵਧਾਈ ਦੇਣਾ ਚਾਹੁੰਦਾ ਅਤੇ ਇਹ ਬੇਨਤੀ ਕਰਨਾ ਚਾਹੁੰਦਾ ਜੁੜ ਜਾਣ, ਲੜਾਈ ਦਾ ਬਿਗਲ ਵੱਜ ਚੁੱਕਿਆ ਅਤੇ ਲੜਾਈ ਸ਼ੁਰੂ ਹੋ ਚੁੱਕੀ ਆ ਅਤੇ ਇਹ ਜਿਹੜੀ ਸੀਟ ਆ ਇਹ ਜਿੱਤ ਕੇ ਅਸੀਂ ਸੁਖਬੀਰ ਸਿੰਘ ਬਾਦਲ ਝੋਲੀ ਪਾਵਾਂਗੇ ਅਤੇ ਮੁੜ ਪੰਜਾਬ 'ਚ ਆਪਣੀ ਸਰਕਾਰ ਬਣਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਰਕਲ ਮੰਡੀ ਗੋਬਿੰਦਗੜ੍ਹ ਯੂਥ ਅਕਾਲੀ ਦਲ ਦੀ ਸ਼ਹਿਰੀ ਦੀ ਜਥੇਬੰਦੀ ਅਨਾਊਂਸ ਕੀਤੀ ਆ ਅਤੇ ਅੱਜ ਭਾਰੀ ਹਜੂਮ ਆਇਆ ਯੂਥ ਦਾ। ਸਾਰੇ ਯੂਥ ਨੇ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੂੰ ਵਿਸ਼ਵਾਸ ਦਵਾਤਾ ਅੱਜ ਕਿ ਯੂਥ ਉਹਨਾਂ ਦੇ ਨਾਲ ਆ ਅਤੇ ਇਸ ਵਾਰ ਸਰਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਭਾਰੀ ਬਹੁਮਤ ਨਾਲ ਜਿੱਤ ਹੋਣੀ ਆ। ਇਸ ਗੱਲ ਦਾ ਸਬੂਤ ਅੱਜ ਦੇ ਯੂਥ ਦੇ ਇਕੱਠ ਨੇ ਦਿੱਤਾ। ਮੈਂ ਅੱਜ ਵਧਾਈ ਦੇਣਾ ਚਾਹੁੰਦਾ ਸਾਡੇ ਗੋਬਿੰਦਗੜ੍ਹ ਦੇ ਸ਼ਹਿਰੀ ਪ੍ਰਧਾਨ ਸਰਦਾਰ ਹਰਪ੍ਰੀਤ ਸਿੰਘ ਵਿੱਕੀ ਚਹਿਲ ਜੀ ਅਤੇ ਜਸਵੀਰ ਸਿੰਘ ਬੈਨੀਪਾਲ ਜੀ ਜਿਹੜੇ ਸਾਡੇ ਸ਼ਹਿਰੀ ਪ੍ਰਧਾਨ ਨੇ ਗੋਬਿੰਦਗੜ੍ਹ 2 ਦੇ, ਜਿਨ੍ਹਾਂ ਨੇ ਅੱਜ ਬੜੀ ਮਿਹਨਤ ਨਾਲ ਵਾਰਡ ਦੇ ਵਿੱਚੋਂ ਮਿਹਨਤੀ ਨੌਜਵਾਨਾਂ ਨੂੰ ਕੱਢ ਕੇ ਅੱਜ ਨੁਮਾਇੰਦਗੀਆਂ ਦਿੱਤੀਆਂ ਨੇ। ਮੰਡੀ ਗੋਬਿੰਦਗੜ੍ਹ ਤੋਂ ਕੈਮਰਾਮੈਨ ਗੁਰਦੀਪ ਸਿੰਘ ਦੇ ਨਾਲ ਰਣਧੀਰ ਸਿੰਘ, ਅਜਾ ਟੀਵੀ ਨਿਊਜ਼।